हेलो जी, सत श्री अकाल। स्वागत है तुहाडा सिद्धू बुटीक पटियाले दे विच। आज तुहाडे लई असीं वीडियो लैके आए हां, न्यू वीडियो जिहदे च स्टिचिंग वाले कलैक्शन सूट दिखा रहे हां। सारिआं दा स्टफ मसलीन होएगा। प्राइस रेंज सूट दी होएगी 1295, स्टिचिंग कॉस्ट अलग है जी। सूट दी कॉस्ट 1295 होएगी, स्टिचिंग दी जो भी कॉस्ट, डिजाइनिंग सारा कुछ अलग है। सब तो पहला तुसीं देख सकते हो आल ओवर मसलीन दा सूट है, 1295 प्राइस है। डिजाइनिंग चैक करो कि इहदे सेंटर दे विच एम्ब्रॉयडरी आ रही है, ठीक है जी। ਇਹਦੇ ਸਾਈਡਸ ਤੇ ਇਹ ਵਾਈਟ ਕਲਰ ਦੀ ਇਹ ਵੀ ਐਮਬ੍ਰੋਇਡਰੀ ਹੀ ਹੈ, ਤੇ ਜਿਹੜੀ ਆਪਾਂ ਇਹਦੀ ਡਿਜ਼ਾਈਨਿੰਗ ਕੀਤੀ ਹੋਈ ਹੈ, ਲੈਸ ਲਗਾ ਕੇ, ਮੈਚਿੰਗ ਲੈਸ ਲਗਾ ਕੇ ਫਿਨਿਸ਼ਿੰਗ ਕੀਤੀ ਹੋਈ ਹੈ। ਕਸਟਮਰ ਨੇ ਇਹਦਾ ਜਿਹੜਾ ਫਰੋਕ ਸੂਟ ਬਣਵਾਇਆ, ਉਹਨਾਂ ਨੇ ਏ ਲਾਈਨ ਫਰੋਕ ਸੂਟ ਬਣਾਇਆ। ਇਹਦੇ ਵਿੱਚ ਜਿਹੜਾ ਆਪਣੇ ਕੋਲ ਪਲਾਜ਼ੋ ਬਾਟਮ ਬਣਿਆ ਹੋਇਆ, ਸਲਵਾਰ ਸੂਟ ਬਣਿਆ ਹੋਇਆ, ਇਹ ਫੁੱਲ ਲਾਈਨਿੰਗ ਸੂਟ ਹੈ। ਤੁਹਾਡੀ ਮਰਜ਼ੀ ਹੈ, ਤੁਸੀਂ ਇਹਦੀ ਸ਼ਰਟ ਤੇ ਲਗਾ ਕੇ ਨਹੀਂ ਲਗਾ ਸਕਦੇ ਬਾਟਮ ਤੇ, ਤੁਹਾਡੇ ਤੇ ਡਿਪੈਂਡ ਹੈ। ਤੁਸੀਂ ਇਹਨੂੰ ਸਲੀਵਸ ਤੇ ਵੀ ਐਡਜਸਟ ਕਰ ਸਕਦੇ, ਬਟ ਕਸਟਮਰ ਦੇ ਅਕੋਰਡਿੰਗ ਅਸੀਂ ਬਾਟਮ ਤੇ ਐਡਜਸਟ ਕੀਤੀ ਹੈ। ਤੇ ਜੋ ਇਹਦੇ ਵਿੱਚ ਆਪਣੇ ਕੋਲ ਦੁਪੱਟਾ ਮੈਚਿੰਗ ਦੇ ਵਿੱਚ ਆ ਰਿਹਾ ਹੈ, ਸੀਕੁਐਂਸ ਦਾ ਵਰਕ ਹੋਇਆ ਹੋਇਆ, ਲੈਸ਼ ਖੁਦ ਕਸਟਮਰ ਨੇ ਚੇਂਜ ਕਰਵਾ ਕੇ ਆਪਣੀ ਮਰਜ਼ੀ ਦੀ ਅਲੱਗ ਲਗਵਾਈ ਹੈ, ਜਿਹਦੇ ਚਾਰਜਿਸ ਅਲੱਗ ਨੇ। ਜੋ ਤੁਹਾਨੂੰ ਲੈਸ਼ ਲੱਗੀ ਮਿਲੇਗੀ, ਉਹਦੇ ਚ ਬਲੈਕ ਨਾਰਮਲ ਲੈਸ਼ ਮਿਲੇਗੀ, ਤੁਸੀਂ ਆਪ ਕਸਟਮਾਈਜ਼ ਕਰਵਾ ਸਕਦੇ ਹੋ। ਪ੍ਰਾਈਸ ਇਹਦਾ 1295 ਹੈ। ਲੈਸ਼ ਦੀ ਕਾਸਟ, ਸਟਿਚਿੰਗ ਦੀ ਕਾਸਟ ਅਲੱਗ ਤੋਂ ਰਹੇਗੀ। ਇਸ ਤੋਂ ਅੱਗੇ ਆਪਾਂ ਚੱਲਦੇ ਹਾਂ, ਨੈਕਸਟ ਡਿਜ਼ਾਈਨਿੰਗ ਆਪਣੇ ਕੋਲ ਹੈਗੀ ਹੈ, ਜਿਹੜੀ ਕਿ ਲਾਈਟ ਪਿਸਤਾ ਜੀ ਸ਼ੇਡ ਹੈ। ਕਾਫੀ ਵਧੀਆ ਸੂਟ ਨੇ, ਸਾਰੇ ਸੂਟ ਟ੍ਰੈਂਡ ਦੇ ਵਿੱਚ ਚੱਲਦੇ ਨੇ, ਕਾਫੀ ਸਟਾਕ ਅਵੇਲੇਬਲ ਹੁੰਦਾ, ਡੇਲੀ ਨਿਊ ਡਿਜ਼ਾਈਨਿੰਗ ਐਡ ਹੁੰਦੇ ਨੇ। ਹੁਣ ਤੁਸੀਂ ਇਹ ਚੈੱਕ ਕਰ ਸਕਦੇ ਹੋ, ਇਹ ਆਪਣੇ ਕੋਲ ਬਿਲਕੁਲ ਲਾਈਟ ਸ਼ੇਡ ਦੇ ਵਿੱਚ ਸੂਟ ਆਇਆ, ਮਸਲੀਨ ਦਾ ਹੀ ਸੂਟ ਹੈ ਜੀ। 1295 ਆਲ ਓਵਰ ਸੂਟ ਦਾ ਪ੍ਰਾਈਸ ਹੈ। ਪੂਰੀ ਇਹਦੀ ਐਮਬਰਾਇਡਰੀ ਆ ਰਹੀ ਹੈ, ਨੈਕ ਤੋਂ ਲੈ ਕੇ ਘੇਰੇ ਤੱਕ ਪੂਰੀ ਐਮਬਰਾਇਡਰੀ ਹੈ ਜਿਹੜੀ ਇਹਦੀ ਆਪਾਂ ਡਿਜ਼ਾਈਨਿੰਗ ਕੀਤੀ ਹੈ। ਰੈੱਡ ਕਲਰ ਨਾਲ ਇਹਨੂੰ ਹਾਈਲਾਈਟ ਕੀਤਾ, ਕਿਉਂਕਿ ਸੂਟ ਦਾ ਕਲਰ ਜਿਹੜਾ ਥੋੜਾ ਜਿਹਾ ਲਾਈਟ ਸ਼ੇਡ ਦੇ ਵਿੱਚ ਹੈ, ਠੀਕ ਹੈ। ਸਲੀਵਸ ਇਹਦੀਆਂ ਬਣਾਈਆਂ ਹੋਈਆਂ, ਡਿਜ਼ਾਈਨਿੰਗ ਕੀਤੀ ਹੈ। ਬਾਟਮ ਸਲਵਾਰ ਰੈਡੀ ਕੀਤੀ ਹੈ, ਐਮਬਰਾਇਡਰੀ ਫਿਰ ਆਪਾਂ ਇਹਦੀ ਬਾਟਮ ਤੇ ਐਡਜਸਟ ਕੀਤੀ ਹੈ। ਮੈਂ ਇੱਕ ਵਾਰ ਤੁਹਾਨੂੰ ਚੈੱਕ ਕਰਵਾ ਦਿੰਦੀ ਹਾਂ, ਇਸ ਤਰ੍ਹਾਂ ਇਹਦੀ ਐਮਬਰਾਇਡਰੀ ਆ ਰਹੀ ਹੈ। ਤੁਸੀਂ ਪਲਾਜ਼ੋ ਸੂਟ ਵੀ ਰੈਡੀ ਕਰ ਸਕਦੇ ਹੋ, ਐਮਬਰਾਇਡਰੀ ਨੂੰ ਤੁਸੀਂ ਸਲੀਵਸ ਤੇ ਵੀ ਲੈ ਕੇ ਆ ਸਕਦੇ ਹੋ। ਦੁਪੱਟਾ ਇਹਦੇ ਵਿੱਚ ਆਪਣੇ ਕੋਲ ਮੈਚਿੰਗ ਦੇ ਵਿੱਚ ਆ ਰਿਹਾ ਜੀ, ਰੈੱਡ ਕਲਰ ਦਾ ਸੀਕੁਐਂਸ ਵਰਕ ਵਾਲਾ ਮਸਲੀਨ ਦਾ ਹੀ ਦੁਪੱਟਾ ਆਏਗਾ। ਲੈਸ਼ ਅਸੀਂ ਖੁਦ ਲਗਾ ਕੇ ਇਹਨੂੰ ਕਸਟਮਾਈਜ਼ ਕੀਤਾ ਹੈ, ਤੇ ਲੈਸ਼ ਜੋ ਤੁਹਾਨੂੰ ਮਿਲੇਗੀ ਉਹ ਰੈਗੂਲਰ ਲੈਸ਼ ਹੁੰਦੀ ਹੈ, ਬਾਕੀ ਤੁਸੀਂ ਆਪਣੀ ਚੁਆਇਸ ਦੀ ਕੋਈ ਵੀ ਲੈਸ਼ ਲਗਵਾ ਕੇ ਇਹਨੂੰ ਰੈਡੀ ਕਰਵਾ ਸਕਦੇ ਹੋ। ਇਸ ਤੋਂ ਨੈਕਸਟ ਆਪਾਂ ਚੱਲਦੇ ਹਾਂ, ਆਪਣੇ ਕੋਲ ਬਲੈਕ ਕਲਰ ਦਾ ਸੂਟ ਆ ਰਿਹਾ, ਇਹ ਵੀ ਮਸਲੀਨ ਸਟੱਫ ਦੇ ਵਿੱਚ ਆਲ ਓਵਰ ਸੂਟ ਹੈ। ਪ੍ਰਾਈਸ ਇਹਦਾ 1295, ਸਾਰੇ ਸੂਟਸ ਤਾਂ ਜਿੰਨੇ ਤੁਹਾਨੂੰ ਦਿਖਾ ਰਹੇ ਹਾਂ। ਇੰਡੀਆ ਦੇ ਵਿੱਚ ਆਪਣੀ ਫ੍ਰੀ ਸ਼ਿਪਿੰਗ ਹੈ ਜੀ। ਇਹ ਸੂਟ ਤੁਸੀਂ ਚੈੱਕ ਕਰੋ, ਬਲੈਕ ਕਲਰ ਦੇ ਵਿੱਚ ਹੈ, ਪੂਰਾ ਇਹਦਾ ਨੈਕ ਤੇ ਹੈਵੀ ਵਰਕ ਹੋਇਆ ਹੋਇਆ, ਮਿਰਰ ਵਰਕ ਵੀ ਇਨਕਲੂਡ ਹੈ, ਘੇਰੇ ਤੇ ਵੀ ਇਹਦੇ ਵਰਕ ਹੈ। ਜਿਹੜੀ ਆਪਾਂ ਇਹਦੀ ਡਿਜ਼ਾਈਨਿੰਗ ਤੇ ਡਿਟੇਲਿੰਗ ਕੀਤੀ ਹੈ ਜੀ, ਉਹ ਮਜੈਂਟਾ ਲੈਸ਼ ਲਗਾ ਕੇ ਇਹਨੂੰ ਹਾਈਲਾਈਟ ਕੀਤਾ ਹੈ। ਲੈਸ਼ ਲਗਾਉਣ ਨਾਲ ਕਾਫੀ ਵਧੀਆ ਇਹਦੀ ਫਿਨਿਸ਼ਿੰਗ ਆਉਂਦੀ ਹੈ, ਸੂਟਸ ਹਾਈਲਾਈਟ ਹੋ ਜਾਂਦੇ ਨੇ। ਤੁਸੀਂ ਚੈੱਕ ਕਰੋ, ਜਿਹੜੀ ਇਹਦੇ 'ਚ ਸੈਂਟਰ ਦੇ ਵਿੱਚ ਲੈਸ਼ ਲੱਗੀ ਹੋਈ ਹੈ, ਉਹ ਆਪਾਂ ਐਡ ਆਨ ਕੀਤੀ ਹੈ, ਉੱਪਰ ਲੈਸ਼ ਨਹੀਂ ਲਗਾਈ। ਇਹਦਾ ਕਾਫੀ ਟ੍ਰੈਂਡ ਚੱਲ ਰਿਹਾ, ਕਸਟਮਰ ਇਸ ਚੀਜ਼ ਦੀ ਡਿਮਾਂਡ ਵੀ ਕਰਦੇ ਹੈ, ਠੀਕ ਹੈ ਜੀ। ਜਿਹੜਾ ਆਪਣੇ ਕੋਲ ਬਾਟਮ ਆ ਰਿਹਾ, ਪਲਾਜ਼ੋ ਸੂਟ ਰੈਡੀ ਕੀਤਾ ਹੋਇਆ ਹੈ, ਤੁਸੀਂ ਇਹ ਦੇਖੋ, ਇਹਦੇ ਵਿੱਚ ਹੀ ਆਪਾਂ ਇਹਦੀ ਜਿਹੜੀ ਕਿ ਐਮਬਰਾਇਡਰੀ ਐਡ ਕੀਤੀ ਹੈ, ਤੁਸੀਂ ਉਹਨੂੰ ਸਲੀਵਸ ਤੇ ਵੀ ਐਡ ਕਰ ਸਕਦੇ ਹੋ, ਤੁਹਾਡੀ ਚੁਆਇਸ ਹੈ। ਦੁਪੱਟਾ ਇਹਦੇ ਵਿੱਚ ਆਪਣੇ ਕੋਲ ਬਲੈਕ ਕਲਰ ਦਾ ਆ ਰਿਹਾ, ਤੇ ਰੈਗੂਲਰ ਲੈਸ਼ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ ਜੀ। 1295 ਪ੍ਰਾਈਸ ਰਹੇਗਾ ਇਹਦਾ। ਬਾਕੀ ਤੁਸੀਂ ਕੋਈ ਵੀ ਡਿਜ਼ਾਈਨ ਆਪਣੇ ਅਕੋਰਡਿੰਗ ਚੂਜ਼ ਕਰਕੇ ਬਣਵਾ ਸਕਦੇ ਹੋ। ਇਹ ਜਿਹੜੇ ਸੂਟਸ ਦੇ ਨੇ, ਸਟਿਚਿੰਗ ਦੇ ਵਿੱਚ ਕੋਈ ਵੀ ਆਪਣੀ ਡਿਜ਼ਾਈਨਿੰਗ ਪਿਕਚਰ ਸਾਨੂੰ ਤੁਸੀਂ ਸੈਂਡ ਕਰ ਸਕਦੇ ਹੋ। ਹਾਂਜੀ, ਹੁਣ ਇਹ ਚੈੱਕ ਕਰੋ, ਆਪਣੇ ਕੋਲ ਇਹ ਜਿਹੜਾ ਸੂਟ ਆ ਰਿਹਾ ਪਿੰਕ ਸ਼ੇਡ ਦੇ ਵਿੱਚ ਆ ਰਿਹਾ, ਬਲੈਕ ਐਮਬਰਾਇਡਰੀ ਹੋਈ ਹੈ, ਪ੍ਰਾਈਸ ਸੇਮ ਹੈ ਸੂਟ ਦਾ, 1295, ਠੀਕ ਹੈ ਜੀ। ਇਹ ਨੈਕ ਤੇ ਇਹਦੀ ਐਮਬਰਾਇਡਰੀ ਹੋਈ ਹੋਈ ਹੈ, ਸੇਮ ਇਹਦੇ ਦੋ ਪੈਨਲ ਸਾਈਡ ਤੇ ਬਣੇ ਨੇ, ਨੀਚੇ ਤੱਕ ਜਾ ਰਹੇ ਨੇ। ਸਟੱਫ ਸੌਫਟ ਹੈ, ਲਾਈਨਿੰਗ ਲੱਗੇਗੀ ਸੂਟ ਤੇ। ਬਾਟਮ ਜਿਹੜੀ ਇਹਦੀ ਪਿੰਕ ਕਲਰ ਦੀ ਹੈ, ਉਹਦੇ ਵਿੱਚ ਵੀ ਇਹਦੀ ਐਮਬਰਾਇਡਰੀ ਆ ਰਹੀ ਹੈ, ਕਾਫੀ ਉੱਪਰ ਤੱਕ ਐਮਬਰਾਇਡਰੀ ਹੈ, ਸਲੀਵਸ ਤੇ ਵੀ ਐਡ ਆਨ ਹੋ ਸਕਦੀ ਹੈ, ਕਸਟਮਰ ਦੀ ਚੁਆਇਸ ਹੈ। ਦੁਪੱਟਾ ਆਪਣੇ ਕੋਲ ਜੋ ਆ ਰਿਹਾ ਸੀਕੁਐਂਸ ਵਰਕ ਦੇ ਵਿੱਚ ਹੈ, ਪਿੰਕ ਕਲਰ ਦੀ ਲੈਸ਼ ਲਗਾ ਕੇ ਇਹਦੀ ਫਿਨਿਸ਼ਿੰਗ ਕੀਤੀ ਹੋਈ ਹੈ। ਸਟਿਚਿੰਗ ਪ੍ਰਾਈਸ, ਲੈਸ਼ ਦੀ ਜੋ ਵੀ ਅਲੱਗ ਤੋਂ ਲੱਗੀ ਹੋਏਗੀ, ਉਹਦੇ ਪ੍ਰਾਈਸ ਸਾਰੇ ਅਲੱਗ ਰਹਿਣਗੇ। ਸੂਟ ਦੀ ਜਸਟ ਕਾਸਟ 1295 ਹੈ, ਇੰਡੀਆ ਦੇ ਵਿੱਚ ਫ੍ਰੀ ਸ਼ਿਪਿੰਗ ਹੈ। ਇਹ ਸੂਟਸ ਦੀ ਸਾਡੀ ਕਲੈਕਸ਼ਨ ਸੀ, ਤੁਸੀਂ ਦੇਖਦੇ ਹੋ ਕਿ ਡੇਲੀ ਸਾਡੇ ਕੋਲ 30 ਤੋਂ 40 ਆਈਟਮਸ ਅਪਡੇਟ ਹੁੰਦੀਆਂ ਨੇ। ਤੁਸੀਂ ਕੋਈ ਵੀ ਸਟਾਕ ਆਰਡਰ ਕਰ ਸਕਦੇ ਹੋ, ਕਈ ਵਾਰ ਸੇਮ ਸੂਟ ਆਪਣੇ ਕੋਲ ਅਵੇਲੇਬਲ ਨਹੀਂ ਹੁੰਦਾ, ਠੀਕ ਹੈ ਜੀ। ਇਸ ਤਰ੍ਹਾਂ ਹੀ ਸਾਡੀਆਂ ਵੀਡੀਓਜ਼ ਦੇਖਦੇ ਰਹੋ। ਥੈਂਕ ਯੂ ਸੋ ਮੱਚ।